ਕਿਹੜੇ ਲੋਕ ਚਾਹੁੰਦੇ ਆ? ਘੱਟ ਚਾਹੁੰਦੇ ਆ, ਡਰਦੇ ਆ, ਸਾਡੀਆਂ ਗੱਲਾਂ ਸਾਹਮਣੇ ਆਉਣੀਆਂ, ਫੜ ਜਾਣਾ, ਫੜੇ ਜਾਣਾ ਜੀ। ਤਾਰੀਫ ਕਰੋ ਪ੍ਰਭੂ ਦੀ। ਨੈਕਸਟ, ਆਪਣਾ ਨਾਮ, ਆਪਣਾ ਐਡਰੈਸ, ਡਰਨਾ ਨਹੀਂ ਆ। ਸ਼ੈਤਾਨ ਖਲੋ ਨਹੀਂ ਸਕਦਾ ਸਾਹਮਣੇ, ਵੇਖਣ ਨੂੰ ਮੈਂ ਤੁਹਾਨੂੰ ਮੈਂ ਹੀ ਦਿਖਣ ਡਿਆ ਵਾ, ਪਰ ਉਹ ਨਹੀਂ ਦੇਖਦਾ ਜਿਹਨੇ ਲੋਹੇ ਦਾ ਡੰਡਾ ਕਿਹੜਾ ਤੈੜਾ ਮਗਰ ਫੜਿਆ ਵਾ। ਅੱਖਾਂ ਵੇਖੋ ਆਣ ਗਈ, ਕੋਈ ਬੰਦਾ ਚੈੱਕ ਕਰ ਸਕਦਾ ਆਣ ਕੇ ਦਿਲ, ਇੱਕ ਜਿਹੜੀ ਜਿਹੜੀ ਮਰਜ਼ੀ ਪੈਣ ਵਾਲੀ, ਤੂੰ ਆ ਪੈਣ, ਤੂੰ ਆ ਜਰਾ ਮਾਰਕ ਛਾਲ, ਨਿਕਲ ਨਿਕਲ। ਇੱਕ ਚੀਜ਼ ਮੈਂ ਤੈਨੂੰ ਚੈੱਕ ਕਰਾਉਣੀ ਚਾਹੁੰਦਾ, ਮਲੇਟੀਅਰ ਵੀ ਆਰੇ, ਹੋਰ ਵੀ ਆਰੇ, ਇਹਦੀ ਜਗ੍ਹਾ 'ਤੇ ਹੱਥ ਰੱਖ ਕੇ ਇਹਦੀ ਹਾਰਟ ਬੀਟ ਚੈੱਕ ਕਰੋ, ਹਾਰਟ ਬੀਟ ਚੈੱਕ ਕਰੋ। ਹਾਂ ਰੱਖੋ ਰੱਖੋ, ਚੈੱਕ ਕਰੋ ਕਿੰਨੀ ਸਪੀਡ 'ਤੇ ਰਿਹਾ। ਮੈਂ ਇਤਨੇ ਹੱਥ ਲਾਇਆ, ਕਿੰਨੇ ਦੱਸਿਆ ਮੈਨੂੰ? ਤਾਰੀਫ ਕਰੋ ਪ੍ਰਭੂ ਜੀ। ਕਿੰਨੀ ਤੇਜ਼ ਆ, ਕਿਉਂਕਿ ਦੁਸ਼ਟ ਆਤਮਾ ਕਦੀ ਵੀ ਆਤਮਿਕ ਦੇ ਸਾਹਮਣੇ ਖੜਾ ਨਹੀਂ ਰਹਿ ਸਕਦਾ। ਮੈਂ ਤੁਹਾਨੂੰ ਕਿਹਾ ਕਿ ਮੈਂ ਭਰ ਕੇ ਬਲੈਸ ਹੋ ਕੇ ਆਇਆ ਜਗ੍ਹਾ ਤੇ, ਔਰ ਸ਼ੈਤਾਨ ਤਰ ਤਰ ਗੰਬੇਗਾ, ਡਰ ਰਿਹਾ ਦੁਸ਼ਟ ਆਤਮਾ ਵਿੱਚ ਬੋਡੀ ਚੋਂ, ਹੱਥ ਰੱਖਾਂਗਾ ਦਿੜਾਮ ਮਜਾਏਗਾ ਥੱਲੇ, ਪਰ ਮੈਂ ਰੱਖਾਂਗਾ ਨਹੀਂ, ਕਿਉਂਕਿ ਇਹਦੇ ਉੱਤੇ ਪ੍ਰਭੂ ਹੀ ਹੱਥ ਕੀ ਕਰੇਗਾ। ਜਦ ਪ੍ਰਭੂ ਦੀ ਆਵਾਜ਼ ਹੈ ਕਿ ਮੈਂ ਤੁਹਾਨੂੰ ਪਤਾ ਤੋਂ ਲਏਗਾ ਐਂਡ ਪ੍ਰੇਅਰ ਕਰਦਾ, ਜਦ ਨਹੀਂ ਆਵਾਜ਼ ਤਾਂ ਨਹੀਂ। ਪ੍ਰਭੂ ਕਹਿ ਰਿਹਾ ਕਿ ਸਾਰੇ ਲੋਕ ਹੈਰਾਨ ਹੋ ਰਹੇ ਆ, ਕਿੰਨੀ ਪ੍ਰੇਅਰ ਕਰਦਾ ਹੈਗਾ, ਕਿੰਨੀ ਭਗਤੀ ਕਰਦਾ ਹੈਗਾ, ਇਹਦੀ ਕਿੰਨੀ ਮਿਹਨਤ ਆ, ਇਹ ਕੀ ਕਰਦਾ ਵਾ, ਇਹ ਕਿੱਦਾਂ ਸਾਰੀਆਂ ਦਿਲ ਦੀਆਂ ਗੱਲਾਂ ਕਰਦਾ? ਇਹ ਸਵਾਲ ਸਾਰਿਆਂ ਦੇ ਮਨ 'ਚ ਚੱਲ ਰਹੇ ਆ, ਮੈਨੂੰ ਨਹੀਂ ਪਤਾ ਕਿਹਦੇ ਚੱਲ ਰਹੇ ਆ। ਤੁਹਾਡੇ ਨਲਾਂ ਦੇ ਵਿੱਚ ਦਰਦ ਰਹਿੰਦੀ ਸੀ, ਮੈਂ ਇੱਕ ਉੱਪਰ ਘਬਰਾਉਣਾ ਨਹੀਂ, ਹੁਣ ਮੈਂ ਕੁਛ ਨਹੀਂ ਕਹਿੰਦਾ, ਮੈਂ ਤੁਹਾਨੂੰ ਕੁਛ ਨਹੀਂ ਕਹਿਣਾ, ਮੈਂ ਕਹਿਣ ਵਾਲੇ ਨੂੰ ਕਹਿਣਾ। ਇੱਕ ਤੁਹਾਡੇ ਬਾਥਰੂਮ ਦੇ ਵਿੱਚ ਵੀ ਪ੍ਰੋਬਲਮ ਸੀ, ਤੁਹਾਡੇ ਕੰਨਾਂ ਵਿੱਚ ਝੱਪੇ ਆਉਂਦੇ ਸੀ, ਝੱਪੇ ਕੰਨ ਪੜੇ ਹੁੰਦੇ ਸੀ, ਝੂਠ ਕੇ ਸੱਚ, ਤੁਸੀਂ ਪਹਿਲੇ ਕਦੀ ਨਹੀਂ ਮਿਲੇ, ਫਸਟ ਮੀਟਿੰਗ ਬੁੱਧਵਾਰ ਆ, ਪਰ ਪ੍ਰੋਫੈਸੀ ਅੱਜ ਹੋਈ ਆ, ਪਹਿਲੀ ਮੀਟਿੰਗ 'ਚ ਤੁਹਾਨੂੰ ਕਿਵੇਂ ਲੱਗਾ? ਪਹਿਲੀ ਮੀਟਿੰਗ ਵਿੱਚ ਮੈਨੂੰ ਕੁਝ ਸਮਝ ਨਹੀਂ ਸੀ ਲੱਗਦੀ ਪਈ, ਅੱਜ ਅੱਜ ਥੋੜੀ ਬਹੁਤ ਲੱਗੀ ਸਮਝ। 4 ਮਹੀਨੇ ਤੋਂ ਤੁਸੀਂ ਪ੍ਰੋਬਲਮ ਦੇ ਵਿੱਚ, ਤੁਹਾਡੇ ਬਾਥਰੂਮ ਕੀ ਕਰਦੇ ਸੀ? ਉੱਪਰ ਉੱਪਰ ਕਰਦੇ, ਔਰ ਉਹ ਜੋ 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 ਲੈ ਕੇ ਬਣਨਾ ਉੱਪਰ ਕਰਾਉਂਦੇ ਸੀ। ਹਾਂਜੀ। ਤੁਹਾਡੇ ਮੰਮੀ ਆਏ ਨਾ? ਹਾਂਜੀ। ਕਿਸ ਜਗ੍ਹਾ ਤੇ ਤੁਸੀਂ? ਆ ਜਾਓ ਆ ਜਾਓ ਆ ਜਾਓ ਆ ਜਾਓ, ਘਬਰਾਓ ਨਹੀਂ, ਪ੍ਰਭੂ ਨੇ ਬਲੈਸ ਕਰਤਾ ਕੁੜੀ, ਦਸੰਬਰ ਦੇ ਮਹੀਨੇ 'ਚ ਬਾਹਰ ਜਾ ਰਹੀ ਆ, ਦਸੰਬਰ ਦੇ ਮਹੀਨੇ 'ਚ ਜਾ ਰਹੇ ਬਾਹਰ, ਉਹ ਬਲੈਸ ਕਰਤਾ ਪ੍ਰਭੂ ਨੇ, ਚਰਚ ਨਾਲ ਜੁੜੇ ਰਹਿਣਾ, ਛੱਡੋਗੇ ਤਾਂ ਫਿਰ ਨਹੀਂ, ਛੱਡੋਗੇ ਤਾਂ ਫਿਰ ਨਹੀਂ, ਚਰਚ ਆਓਗੇ ਤਾਂ ਫਿਰ ਬਾਹਰ। ਕਿੰਨੇ ਲੋਕਾਂ ਸੁਣਿਆ? ਕੋਈ ਨਹੀਂ, ਬਸ ਤੂੰ ਨੇ ਪ੍ਰੋਫੈਸੀ ਕਰਤੀ, ਹੁਣ ਨਾ ਜਾਈਏ, ਕੋਈ ਨਹੀਂ ਆਪਾਂ ਬਾਹਰ ਜਾ ਰਹੇ, ਪ੍ਰਭੂ ਨਹੀਂ ਘੱਲੇਗਾ। ਪ੍ਰੋਫੈਸੀ ਉਹਨਾਂ ਲੋਕਾਂ ਦੀਆਂ ਪੂਰੀਆਂ ਦੀ ਜਿਹੜੇ ਵਚਨ ਪੜ੍ਹਨਗੇ, ਪ੍ਰੇਅਰ ਕਰਨਗੇ, ਚਰਚ ਨਾਲ ਜੁੜੇ ਰਹਿਣਗੇ, ਤਾਂ ਉਹਨਾਂ ਦੀ ਹਰ ਪ੍ਰੋਫੈਸੀ ਕੀ ਹੋਏਗੀ? ਕਿਹੜੇ ਲੋਕਾਂ ਸੁਣਿਆ? ਪਵਿੱਤਰ ਸ਼ਾਸਤਰ ਤੁਹਾਡੇ ਅੰਦਰ ਆਉਣਾ ਜ਼ਰੂਰੀ ਆ, ਤੇ ਜਿਹੜੇ ਮੋਬਾਈਲ 'ਤੇ ਵੇਖਦੇ ਨਾ ਬੁਰੀਆਂ ਫਿਲਮਾਂ, ਉਹ ਕਰ ਦਿਓ ਬੰਦ। ਤੁਹਾਨੂੰ ਪਹਿਲਾਂ ਦੱਸਦਾ, ਉਹਨਾਂ ਕੋਈ ਵੀ ਗੰਦੀਆਂ ਫਿਲਮਾਂ ਵੇਖ ਕੇ ਪ੍ਰੋਫੈਸੀ ਕਰੋ, ਕਦੀ ਨਹੀਂ, ਜਿਹੜੇ 2-4 ਕੋਈ ਵੀ ਭੱਜ ਜਾਣੇ ਸਾਰੇ। ਅੱਜ ਲੋਕ ਕੀ ਕਹਿੰਦੇ ਆ? ਮਿਹਨਤ ਨਾ ਕਰਨੀ ਪਵੇ। ਪ੍ਰਭੂ ਜੀ, ਇੱਕ ਕੌਲੀ ਦਾਲ ਦੀ ਗੱਲ ਦੋ, ਧੋ ਫੜ ਕੇ ਗੱਲ ਦੋ, ਕੁਛ ਹੱਥ ਨਾ ਲਾਉਣਾ ਪਵੇ। ਪੂਰੀ ਰਾਤ ਜਦੋਂ ਪ੍ਰੇਅਰ ਕਰਦੇ ਡਿੱਗਣ ਵੱਜਦਾ ਕਰਕੇ ਨੀਂਦਰਾ, ਪੂਰੇ ਦਿਨ ਦੀ ਵਿਜਿਟ ਕਰਨੀ, ਉਹ ਤੋਂ ਬਾਅਦ ਮੀਟਿੰਗ ਵਾਲੇ ਨੂੰ 9 ਤੋਂ 12 ਭੇਜਣਾ, 9 ਤੋਂ 12 ਕਰ ਕੇ 12 ਤੋਂ ਪੂਰੀ ਰਾਤ ਦੀ ਪ੍ਰੇਅਰ, ਤਾਂ ਰੱਬ ਇੱਥੇ ਬੋਲਦਾ ਵਾ। ਅਜਿਹੀ ਵੀ ਹੋਜੀ ਹੋ ਜਾਏ ਤਾਂ ਫਿਰ ਇੱਥੇ ਕਿੰਨੇ ਬੋਲਣਾ, ਕਿਸੇ ਵੀ ਨਹੀਂ। ਹੁਣ ਮੈਂ ਇਹਨਾਂ ਨੂੰ ਮਿਲਿਆ ਨਹੀਂ ਆ, ਪਰ ਪ੍ਰਭੂ ਮੈਨੂੰ ਦੱਸ ਰਿਹਾ ਇਹਨਾਂ ਦੀ ਪ੍ਰੋਬਲਮ ਕੀ ਆ। ਇਹਨਾਂ ਦੀ ਚੈਸਟ ਵਿੱਚੋਂ ਪੇਨ ਨਿਕਲਦੀ, ਪੁੱਛ ਲਓ ਨਿਕਲਦੀ ਕਿ ਨਹੀਂ ਨਿਕਲਦੀ? ਹਾਂਜੀ ਨਿਕਲਦੀ, ਬੈਕ ਤੋਂ ਵੀ ਕਾਫੀ ਜ਼ਿਆਦਾ। ਬਾਥਰੂਮ ਦੇ ਵਿੱਚ ਲੀਕ ਹੋ ਰਹੀ ਆ, ਪਸ ਆ ਰਹੀ ਸੀ। ਹਾਂਜੀ। ਵੇਖੋ ਮੇਰੇ ਭੈਣ ਭਾਈਓ, ਖੁਦਾ ਬਲੈਸ ਤਾਂ ਕਰਦਾ ਵਾ ਜੇ ਅਸੀਂ ਆਪਣੇ ਦਾਸਾਂ ਦੀ ਗੱਲ ਨੂੰ ਕੀ ਕਰਾਂਗੇ, ਕੀ ਕਰਾਂਗੇ? ਅੱਜ ਪ੍ਰਭੂ ਨੂੰ ਕਿਸੇ ਨੇ ਨਹੀਂ ਵੇਖਿਆ, ਆਪਾਂ ਪ੍ਰਭੂ ਨੂੰ ਆਪਣੇ ਆਤਮਿਕ ਪਿਤਾ ਦੇ ਵਿੱਚੋਂ ਦੀ ਕੀ ਕਰਦੇ ਹਾਂ, ਕਿੰਨੇ ਲੋਕ ਸੁਣ ਰਹੇ ਆ? ਅਸੀਂ ਆਪਣੇ ਆਤਮਿਕ ਪਿਤਾ ਦੇ ਵਿੱਚ ਦੀ ਪ੍ਰਭੂ ਨੂੰ ਕੀ ਕਰਦੇ ਹਾਂ? ਲੂਕਾ 10:16 'ਚ ਕੀ ਲਿਖਿਆ ਕਿ ਜਿਹੜਾ ਮੇਰੇ ਘੱਲਣ ਵਾਲੇ ਨੂੰ ਰੱਦਦਾ ਉਹ ਮੈਨੂੰ ਕੀ ਕਰ ਦਿੰਦਾ, ਜਿਹੜਾ ਉਹਦੀ ਸੁਣਦਾ ਮੇਰੀ ਕੀ ਕਰਦਾ, ਜਿਹੜਾ ਉਹਨੂੰ ਕਬੂਲ ਕਰਦਾ ਮੈਨੂੰ ਕੀ ਕਰਦਾ? ਕਿੰਨੇ ਲੋਕਾਂ ਨੇ ਸੁਣਿਆ? ਔਰ ਦੁਸ਼ਟ ਆਤਮਾ ਇਸ ਸਿਸਟਰ ਦੇ ਨਾਲ ਅਚਲੀਲ ਹਰਕਤਾਂ ਕਰਦਾ,
12 ਤੇ 2 ਦੇ ਵਿੱਚ ਇੱਕ ਇਹਨਾਂ ਦੇ ਘਰ ਚ ਪੈਰਾਂ ਦਾ ਖੜਾਕ ਹੁੰਦਾ ਜਿੱਦਾਂ ਝਾਂਜਰਾ ਛੜਕਦੀਆਂ ਕਦੇ ਸੁਣਿਆ ਤੁਸੀਂ ਹਾਂਜੀ ਕਦੀ 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 ਜਿੱਦਾਂ ਛਿੰਨ 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 ਕੋਈ ਵਿਹੜੇ ਦੇ ਵਿੱਚ ਘੁੰਮਦਾ ਹਾਂਜੀ ਬਹੁਤ ਗੁੱਸਾ ਆਉਂਦਾ ਕਿੱਝ ਚੜਦੀ ਹੈ ਹਾਂਜੀ ਝੂਠ ਕੇ ਸੱਚ ਪਰ ਅੱਜ ਕਿਵੇਂ ਲੱਗ ਰਿਹਾ ਠੀਕ ਆਨੰਦ ਆ ਰਿਹਾ ਸ਼ਾਂਤੀ ਲੱਗ ਰਹੀ ਹੈ ਕੱਜ ਮੈਂ ਠੀਕ ਹਾਂ ਠੀਕ ਆ ਇੱਕ ਹੋਰ ਆਵਾਜ਼ ਆ ਰਹੀ ਆ ਤੁਹਾਡੇ ਘਰ ਚੋਂ ਕੱਪੜੇ ਗਾਇਬ ਹੋਏ ਆ ਕਿਹਦੇ ਕੱਪੜੇ ਗਾਇਬ ਹੋਏ ਸਿਸਟਰ ਦਾ ਕੋਈ ਕੱਪੜਾ ਗਾਇਬ ਹੋਇਆ ਤੁਹਾਡੇ ਘਰ ਚੋਂ ਚੇਤਾ ਕਰੋ ਕੱਪੜਿਆਂ ਨੂੰ ਕੱਟ ਲੱਗਦੇ ਜਾਂ ਕੱਪੜੇ ਗਾਇਬ ਹੋਏ ਆ ਕੋਈ ਹੋਰ ਪਰਿਵਾਰ ਇਹ ਜਗ੍ਹਾ ਹੈ ਜਿਹਦੇ ਕੱਪੜੇ ਹਾਂ ਠੀਕ ਆ ਦੋ 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 ਜਿਹਨਾਂ ਦੇ ਕੱਪੜਿਆਂ ਨੂੰ ਕੱਟ ਲੱਗਦੇ ਆ ਔਰ ਤਿੰਨ ਪਿਛਲੀ ਸਾਈਡ ਦੇ ਤਿੰਨ ਹੋ ਗਏ ਆ ਠੀਕ ਆ ਹੁਣ ਤੁਸੀਂ ਪ੍ਰਭੂ ਦੇ ਨਾਲ ਬਣੇ ਰਹਿਣਾ ਵਾ ਪਰ ਪੈਸੀ ਮੈਂ ਬਹੁਤ ਕਰ ਸਕਦਾ ਪ੍ਰਭੂ ਮੈਨੂੰ ਬਹੁਤ ਕੁਝ ਦੱਸਦੇ ਪਰ ਮੈਂ ਕਹਿੰਦਾ ਕਿ ਸਮੇਂ ਦੀ ਆਪਾਂ ਕਦਰ ਕਰੀਏ ਕਿਉਂਕਿ ਸਪੈਸ਼ਲ ਸੰਡੇ ਆ ਇੱਕ ਲਾਸਟ ਮੈਂ ਗਵਾਹੀ ਕਰਾਵਾਂਗਾ ਕੀ ਹੈ ਤੁਸੀਂ ਬੈਠ ਦਿਓ ਸਭ ਤਾਰੀਫ ਕਰੋ ਪ੍ਰਭੂ ਦੀ ਇੱਕ ਟੈਸਟੀਮਨੀ ਕਰਾਵਾਂਗਾ ਹਾਂ ਕਰੋ ਕਰੋ ਇੱਥੇ ਆਓ ਆ ਬੱਚਾ ਪਕੜ ਲਓ ਬੱਚਾ ਫੜ ਲਓ ਭੈਣ ਤੂੰ ਨਾਲ ਇੱਥੇ ਹੋਇਆ ਕਰੋ ਭੱਜ ਭੱਜ ਕੇ ਲਿਆ ਕਰੋ ਹਾਲੇਲੂਇਆ ਦੋ ਮਿੰਟ ਬੈਠ ਜਾਓ ਸਾਰੇ ਦੋ ਮਿੰਟ ਬੈਠ ਜਾਓ ਮੈਂ ਇੱਕ ਭਜਨ ਦੇ ਫਿਰ ਖੜੇ ਕਰਾਵਾਂਗਾ ਬੈਠ ਜਾਓ ਮੈਨੂੰ ਪਤਾ ਥੱਕ ਚੁੱਕੇ ਆ ਇੰਨੇ ਲੰਬੇ ਸਮੇਂ ਨਹੀਂ ਖੜੇ ਹੁੰਦੇ ਹਾਂਜੀ ਹਾਲੇਲੂਇਆ ਸਭ ਜ਼ੋਰ ਦੀ ਨਾਰਾ ਮਾਰੋ ਹਾਲੇਲੂਇਆ ਮੇਰੀ ਪ੍ਰੋਫੈਸੀ ਇਹ ਹੈ ਕਿ 7ਵੇਂ ਮਹੀਨੇ 'ਚ ਸਾਡੇ ਘਰ ਮੀਟਿੰਗ ਸੀ ਸ਼ੁੱਕਰਵਾਰ ਤੇ ਛੋਟੇ ਸੰਤਾਂ ਨੇ ਪ੍ਰੋਫੈਸੀ ਕੀਤੀ ਕਿ 10ਵੇਂ ਮਹੀਨੇ 'ਚ ਤੁਹਾਡੇ ਘਰ ਬੇਬੀ ਆਉਣ ਵਾਲਾ ਹੈ ਤੁਹਾਡਾ ਹਸਬੰਡ ਕਿੱਥੇ ਆ ਬ੍ਰਦਰ ਅਜੇ ਕਿੱਥੇ ਆ ਆ ਜਾਓ ਅਜੇ ਦੋਨੋਂ ਇਕੱਠੇ ਹੋਣਾ ਇਹ ਭੈਣ ਨੇ ਕੀ ਦੱਸਿਆ ਕਿ 7ਵੇਂ ਮਹੀਨੇ ਵਿੱਚ ਪ੍ਰੋਫੈਸੀ ਹੋਈ ਸੀ ਕਿ 7ਵੇਂ ਮਹੀਨੇ ਜਦ ਮੈਂ ਇਹਨਾਂ ਦੇ ਘਰੇ ਵਿੱਚ ਗਿਆ ਪ੍ਰਭੂ ਨੇ ਮੈਨੂੰ ਦੱਸਿਆ ਕਿ ਤੁਸੀਂ ਦੋਨੋਂ ਹਸਬੰਡ ਵਾਈਫ ਚਰਚ ਆਉਣਾ ਸ਼ੁਰੂ ਕਰੋ ਮੈਂ 10ਵੇਂ ਮਹੀਨੇ ਵਿੱਚ ਤੁਹਾਨੂੰ ਬੇਬੀ ਨਾਲ ਬਲੈਸ ਕਰਨ ਵਾਸਤੇ ਕੀ ਆ ਹੋਇਆ ਝੂਠ ਕੇ ਸੱਚ ਸਾਰੇ ਸੁਣੋ ਟੈਸਟ ਕਰਾ ਲਿਆ ਪ੍ਰਭੂ ਦੀ ਆਵਾਜ਼ ਸੱਚੀ ਕਿ ਝੂਠੀ ਸੀ ਵੇਖੋ ਮੇਰੇ ਭੈਣ ਭਾਈ ਉਹ ਅੱਜ ਯਕੀਨ ਕਰੋ ਰੱਬ ਦੇ ਪ੍ਰਭੂ ਯਕੀਨ ਕਰਨ ਵਾਲਿਆਂ ਦਾ ਵਾ ਤੁਸੀਂ ਸ਼ੱਕ ਦੇ ਨਾਲ ਰੱਬ ਨੂੰ ਮੰਨਦੇ ਹੋ ਰੱਬ ਕਰ ਰਿਹਾ ਕਿ ਨਹੀਂ ਕਰ ਰਿਹਾ ਪ੍ਰਭੂ ਆਪਣੇ ਕੰਮ ਕਰ ਰਿਹਾ ਵਾ ਬਾਈਬਲ 'ਚ ਲਿਖਿਆ ਧੀਰਜ ਦੇ ਨਾਲ ਉਹ ਡੀਕ ਕਰੋ ਤੇ ਫਿਰ ਵਾਅਦੇ ਨੂੰ ਪ੍ਰਾਪਤ ਕੀਆ ਇਬਰਾਨੀਆ 10:10 ਉਹਦੀ 36 ਆਇਤ ਜਦੋਂ ਤੁਸੀਂ ਪੜੋਗੇ ਉੱਥੇ ਲਿਖਿਆ ਧੀਰਜ ਦੇ ਨਾਲ ਪ੍ਰਭੂ ਦੀ ਇੱਛਾਵਾਂ ਨੂੰ ਕੀ ਕਰੋ ਤੇ ਫਿਰ ਵਾਅਦੇ ਨੂੰ ਕੀ ਕਰੋਗੇ ਇਹਨਾਂ ਨੇ ਧੀਰਜ ਕੀਤਾ ਉਡੀਕ ਕੀਤੀ ਆ ਔਰ 10ਵੇਂ ਮਹੀਨੇ ਦੀ ਆਵਾਜ਼ ਹੀ ਮੈਂ ਤਾਂ ਕਹਿੰਦਾ ਕਿ ਜਿੱਥੇ ਪ੍ਰੋਫੈਸੀ ਹੁੰਦੀ ਮੈਂ ਨਹੀਂ ਬੋਲਦਾ ਪ੍ਰਭੂ ਮੈਨੂੰ ਦੱਸ ਦੇ ਮੈਂ ਤੁਹਾਨੂੰ ਦੱਸਦਾ ਵਾਂ ਸੰਤ ਮੂਸਾ ਦੇ ਬਾਰੇ ਕਿੰਨੇ ਲੋਕ ਜਾਣਦੇ ਆ ਪ੍ਰੋਫਿਟ ਮੂਸਾ ਦੇ ਬਾਰੇ ਕਿੰਨੇ ਲੋਕ ਜਾਣਦੇ ਆ ਬਾਈਬਲ 'ਚ ਲਿਖਿਆ ਜਦ ਉਹਨੂੰ ਮਿਸ਼ਰ ਦੇ ਵਿੱਚ ਭੇਜਿਆ ਉਹਨੇ ਕਿਆ ਕਿਹਾ ਕਿ ਪ੍ਰਭੂ ਮੈਂ ਤੱਤਾ ਵਾਂ ਮੇਰੀ ਜੀਭ ਨਹੀਂ ਕੰਮ ਕਰਦੀ ਪ੍ਰਭੂ ਨੇ ਆਖਿਆ ਇਨਸਾਨ ਨੂੰ ਕਿੰਨੇ ਬਣਾਇਆ ਵਾ ਗੁੰਗਾ ਕੌਣ ਕਰਦਾ ਤੇ ਬੁਲਾਉਂਦਾ ਕੌਣ ਆ ਗੁੰਗਾ ਕੌਣ ਕਰਦਾ ਤੇ ਬੁਲਾਉਂਦਾ ਕੌਣ ਆ ਉਸੇ ਵਕਤ ਪ੍ਰਭੂ ਨੇ ਕਿਹਾ ਕਿ ਮੈਂ ਤੇਰਾ ਮੂੰਹ ਬਣ ਕੇ ਬੋਲਾਂਗਾ ਜਾ ਤੂੰ ਉਸ ਜਗ੍ਹਾ ਤੇ ਤੇ ਦੱਸਿਆ ਕਿ ਜਦੋਂ ਵੀ ਉਹ ਬੋਲਦਾ ਉਸੇ ਵਕਤ ਆਫਤਾ ਮਿਸ਼ਰੀਆਂ ਦੇ ਉੱਤੇ ਕੀ ਹੁੰਦੀਆਂ ਸੀ ਆਉਂਦੀਆਂ ਸੀ ਅੱਜ ਵੀ ਜਦ ਪ੍ਰਭੂ ਦੇ ਦਾਸ ਬੋਲਣਗੇ ਉਸੇ ਵਕਤ ਉਹ ਕੰਮ ਹੋਣਗੇ ਕਿਉਂਕਿ ਬਾਈਬਲ 'ਚ ਲਿਖਿਆ ਉਹ ਆਪਣੇ ਦਾਸਾਂ ਨੂੰ ਕਦੀ ਵੀ ਸ਼ਰਮਿੰਦੇ ਹੋਣ ਅਸੀਂ ਆਪਣੀ ਮਰਜ਼ੀ ਨਾਲ ਕਈ ਕਹਿੰਦੇ ਸਾਡੇ ਬੱਚਾ ਆ ਗਿਆ ਸਾਡੇ ਪਾਸਟਰ ਨੇ ਨਾਮ ਨਹੀਂ ਰੱਖਿਆ ਜਦੋਂ ਆਵਾਜ਼ ਨਹੀਂ ਆਏਗੀ ਕਿਉਂ ਮੈਂ ਨਾ ਆਪਣੀ ਮਰਜ਼ੀ ਨਾਲ ਮੈਂ ਕਿਸੇ ਦਾ ਨਾਮ ਕੀਆ ਨਹੀਂ ਰੱਖਾਂਗਾ ਬਹੁਤ ਸਾਰੇ ਕੇਸ ਜਿਹੜੇ ਉਲਟ ਪੁਲਟੇ ਬਚ ਕੇ ਲੈ ਪਾਸਟਰ ਨੇ ਇੱਦਾਂ ਬੋਲਿਆ ਤੇ ਇੱਦਾਂ ਨਹੀਂ ਆ ਆਪਾਂ ਕੀ ਕੀਤਾ ਪ੍ਰਭੂ ਲਈ ਕਿੰਨੇ ਵਰਤ ਰੱਖਿਆ ਕਿੰਨਾ ਸਮਾਂ ਦਿੱਤਾ ਕਿੰਨਾ ਸਮਾਂ ਪ੍ਰਭੂ ਲਈ ਬੀਜਿਆ ਕਿਹੜੀ ਡਿਊਟੀ ਚਰਚ ਵਿੱਚ ਲਈ ਆ ਸਿਰਫ ਸਾਨੂੰ ਖਾਣਾ ਪੀਣਾ ਚਰਚ ਵੇਖਿਆ ਘਰ ਚਲ ਗਈ ਪਰ ਹਰ ਇੱਕ ਬੰਦੇ ਦੀ ਇੱਕ ਡਿਊਟੀ ਕੀ ਆ ਇਹ ਜਗ੍ਹਾ ਤੇ ਹਰ ਇੱਕ ਦੀ ਡਿਊਟੀ ਹੋਣੀ ਚਾਹੀਦੀ ਆ ਠੀਕ ਆ ਸਿਸਟਰ ਅੜੇ ਖੜੇ ਰਹੋ ਪ੍ਰਭੂ ਨਾਲ ਪ੍ਰੋਫੈਸੀ ਪੂਰੀ ਹੋਈ ਨਾ ਮੰਦੇ ਮੱਧੇ ਨਹੀਂ ਬਾਨਾ ਇਹ ਵੀ ਦੱਸੋ ਕਿੰਨਾ ਚਿਰ ਚਰਚ ਤੋਂ ਸਾਈਡ ਤੇ ਰਹੀ ਜਦੋਂ ਤੁਹਾਨੂੰ ਇੱਕ ਵਲੰਟੀਅਰ ਦੀ ਡਿਊਟੀ ਮਿਲੀ ਦੱਸੋ ਥੋੜਾ ਆਇਆ ਹੀ ਸੰਗਤ ਨੂੰ ਜਾਮ ਸੀ ਜੀ ਪਾਪਾ ਜੀ ਨੂੰ ਜਾਮ ਸੀ ਜੀ ਉਹ ਆਇਆ ਸੰਤਮ ਸੀ ਜੀ ਮੈਨੂੰ ਨਾ ਕੱਖ ਤੋਂ ਸਾਲ ਡੇਢ ਸਾਲ ਹੋ ਗਿਆ ਜੀ ਪਹਿਲਾਂ ਮੈਂ ਨਾ ਇਸ ਚਰਚ ਵਿੱਚ ਸੇਵਾ ਲਈ ਸੀ ਜੋਤੀ ਜੀ ਤੇ ਉਸ ਤੋਂ ਬਾਅਦ ਮੈਂ ਸੇਵਾ ਛੱਡਤੀ ਸੀ ਤੇ ਮੇਰੇ ਘਰ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਬਹੁਤ ਜ਼ਿਆਦਾ ਸੀ ਕੀ ਕਰਨ ਦੇ ਨਾਲ ਸੇਵਾ ਸੇਵਾ ਛੱਡਣ ਦੇ ਨਾਲ ਘਰ 'ਚ ਪ੍ਰੋਬਲਮ ਕ੍ਰੀਏਟ ਕੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਔਰ ਮੇਰੀ ਵਾਈਫ ਨਹੀਂ ਠੀਕ ਨਹੀਂ ਰਹਿ ਰਹੀ ਸੀ ਤੇ 3-4 ਮਹੀਨੇ ਤੋਂ ਵਾਈਫ ਬਹੁਤ ਜ਼ਿਆਦਾ ਪ੍ਰੋਬਲਮ ਚੱਲਦੀ ਪਈ ਸੀ ਇਸ ਟਾਈਮ ਚਰਚ ਵਿੱਚ ਆ ਰਹੇ ਹਾਂ ਤੇ ਬਹੁਤ ਜ਼ਿਆਦਾ ਖੁਸ਼ੀ ਆ ਰਹੀ ਹੈ ਤਾਂ ਨਹੀਂ ਜਿਸ ਦਿਨ 7ਵੇਂ ਮਹੀਨੇ ਆਪਾਂ ਬੰਦਗੀ ਕੀਤੀ ਤੁਹਾਡੇ ਘਰ ਉਹ ਬੇਬੀ ਦੀ ਹਾਂਜੀ ਉਸ ਦਿਨ ਕੀ ਆਵਾਜ਼ ਆਈ ਤੁਹਾਡੇ ਦੋਨਾਂ ਨੂੰ ਕੀ ਕਿਹਾ ਸੀ ਵੀ 10ਵੇਂ ਮਹੀਨੇ ਬਲੈਸ ਹੋ ਰਹੇ ਹੋ
ਤਾਂ ਦਸਵੇਂ ਮਹੀਨੇ ਦੀ ਕਿੰਨੀ ਤਰੀਕ ਨੂੰ ਟੈਸਟ ਕਰਵਾਇਆ? ਪਹਿਲੇ ਨੂੰ? 4 ਤਰੀਕ ਨੂੰ। 4 ਤਰੀਕ ਨੂੰ ਤੇ ਕੀ ਹੋਇਆ ਫਿਰ? ਪੋਜ਼ਿਟਿਵ ਆਇਆ ਜੀ। ਪੋਜ਼ਿਟਿਵ? ਹਾਂਜੀ ਪੋਜ਼ਿਟਿਵ ਆਈ ਨਾ, ਦੋ ਵਾਰ ਲਕੀਰਾਂ। ਹਾਂਜੀ ਪੋਜ਼ਿਟਿਵ। ਦਸਵੇਂ ਮਹੀਨੇ ਦੀ ਆਵਾਜ਼ ਹੋ, ਦਸਵੇਂ ਮਹੀਨੇ ਜੀ ਖੁਦਾ ਨੇ ਬਲੈਸ ਕੀਆ, ਤਾਲੀਆਂ ਕੀਤੇ ਆ। ਵੇਖੋ ਮੇਰੇ ਭੈਣ ਭਾਈ, ਮੈਂ ਸਭ ਨੂੰ ਦੱਸ ਦੇਣਾ ਚਾਹੁੰਦਾ ਕਿ ਰੱਬ ਤੇ ਯਕੀਨ ਕਰੋ। ਪ੍ਰਭੂ ਯਕੀਨ ਕਰਨ ਵਾਲਿਆਂ ਦਾ, ਪ੍ਰਭੂ ਭਟਕਣ ਵਾਲਿਆਂ ਦੇ, ਬਹੁਤ ਸਾਰੇ ਲੋਕ ਭਟਕ ਰਹੇ ਆ, ਭਟਕਣਾ ਨਹੀਂ ਆ। ਇੱਕ ਮੈਂ ਟੈਸਟੀਮਨੀ ਹੋਰ ਕਰਾਵਾਂਗਾ। ਜਗ੍ਹਾ ਤੇ ਇੱਕ ਬੱਚਾ ਛੋਟਾ, ਉਹਦਾ ਸਿਰ ਬਹੁਤ ਵੱਡਾ ਸੀ। ਉਹ ਕਿਹੜੀ ਜਗ੍ਹਾ ਦੇ ਸਿਸਟਰ? ਸਿਸਟਰ ਸਿਮਰਨ ਉਹ ਬੱਚੇ ਨੂੰ, ਬੇਬੀ ਨੂੰ ਅੱਗੇ ਲੈ ਕੇ ਆ, ਆਪਣੇ ਬ੍ਰਦਰ ਨੂੰ ਅੱਗੇ ਲੈ ਕੇ ਜਿਹਨੂੰ ਨਸ਼ੇ ਤੋਂ ਪ੍ਰਭੂ ਨੇ ਆਜ਼ਾਦ ਕੀਤਾ, ਔਰ ਗੁੰਡਾਗਰਦੀ ਤੋਂ ਆਜ਼ਾਦ ਹੋਇਆ। ਬ੍ਰਦਰ ਕਿੱਥੇ ਆ? ਉਹ ਗੈਂਗਸਟਰ ਬਣਨਾ ਚਾਹੁੰਦਾ ਸੀ। ਉਹ ਕਿੱਥੇ ਆ? ਜਿੱਥੇ ਵੀ ਆਪਣੇ ਪੈਰਾਂ 'ਤੇ ਖੜੇ ਹੋ ਗਏ ਜਗ੍ਹਾ 'ਤੇ ਆ ਜੇ। ਆ ਜਾਓ ਆ ਜਾਓ ਆ ਜਾਓ, ਨੱਠ ਕਿਉਂ ਨੱਠ ਕੇ? ਠੀਕ ਹੈ, ਤੁਸੀਂ ਬਲੈਸ ਹੋ ਚੁੱਕੇ, ਤੁਸੀਂ ਜਾ ਸਕਦੇ। ਸਭ ਤਾਰੀਫ ਕਰੋ ਪਰਮੇਸ਼ਵਰ ਦੀ। ਹਾਂਜੀ ਹਾਂ, ਤੁਸੀਂ ਕਿਰਾਇਆ ਕਰੋ ਫਟਾਫਟ ਆਪ ਭਾਈ। ਹਾਂਜੀ, ਜ਼ਿਆਦਾ ਸਮਾਂ ਲੈਣਾ, ਕੀ ਪ੍ਰੋਬਲਮ ਸੀ? ਪ੍ਰੋਬਲਮ ਬੜੀ ਵਧੀਆ ਵਾ। ਠੀਕ ਹੈ, ਪ੍ਰੋਬਲਮ ਬੜੀ ਵਧੀਆ, ਤਾਂ ਹੀ ਪ੍ਰਭੂ ਇਸਤੇਮਾਲ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਆਏ ਹਾਏ ਸੰਗਤਾਂ ਨੂੰ ਜੈ ਮਸੀਹ ਦੀ, ਸੰਗਤਾਂ ਨੂੰ ਜੈ ਮਸੀਹ ਦੀ। ਸਾਡਾ ਪੱਖਾ 2 ਮਹੀਨੇ ਹੋ ਗਏ ਖਰਾਬ ਹੋਏ ਨੂੰ, ਤਾਂ ਅਸੀਂ ਅੰਦਰ ਰੱਖਿਆ ਅਸੀਂ ਤਾਂ ਉੱਥੇ, ਮੈਂ ਪ੍ਰਾਰਥਨਾ ਕਰਦੀ ਹੁੰਦੀ ਹਾਂ। 2 ਮਹੀਨੇ ਹੋ ਗਏ, ਤਾਂ ਇਹਦਾ ਮੇਰੇ ਦਿਲ 'ਚ ਸੋਚ ਵਿਚਾਰ ਆਈ ਵੀ ਉੱਥੇ 2 ਗਵਾਈਆਂ ਹੋਈਆਂ ਸੀ, ਤੇ ਮੈਂ ਵੀ ਨਾ ਅੱਜ ਜੱਸੂ ਦਾ ਲਹੂ ਲਾਵਾ ਪੱਖੇ ਨੂੰ। ਜੱਸੂ ਦਾ ਲਹੂ ਲਾਇਆ, ਜੱਸੂ ਦਾ ਲਹੂ ਲਾਇਆ, ਤਾਂ ਸਵੇਰੇ ਪੱਖਾ ਬੜਾ ਵਧੀਆ ਚੱਲ ਪਿਆ। ਮੈਂ ਥੋੜੀ ਆਪਣੀ ਟੈਸਟੀਮਨੀ ਦਵਾਂਗਾ। ਮੈਂ ਬੜੇ ਚੇਤੀ ਗੱਲ ਵੀ ਲਈ, ਡਰੈਸਰ ਦਾ ਕੰਮ ਕਰਦਾ ਸੀ। ਇੱਕ ਮੇਰੀ ਦਵਾਈ ਹੋ ਗਿਆ, ਇੱਕ ਮਿੰਟ, ਮੈਂ ਹੀ ਡਰੈਸਰ ਦਾ ਕੰਮ ਕਰਦਾ ਸੀ। ਮੇਰੇ ਪੱਕੇ ਦਾ ਬੈਰਿੰਗ ਟੁੱਟ ਗਿਆ, ਤੋਂ ਕੜ 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 ਕਰੀ ਜਾਵੇ। ਮੈਂ ਕਿਹਾ ਟਾਈਮ ਨਹੀਂ ਹੈਗਾ, ਕੰਮ ਬੜਾ ਖਰਾਬ ਆ। ਅਗਲੇ ਦਿਨ ਮੈਂ ਕਿਹਾ, ਮੈਂ ਪਰਮੇਸ਼ਰ ਮੈਂ ਤੇਰੇ ਹੱਥ 'ਚ ਦੇਣਾ। ਅਗਲੇ ਦਿਨ ਜਾ ਕੇ ਵੇਖਿਆ ਤਾਂ ਕੋਈ ਆਵਾਜ਼ ਨਹੀਂ, ਕੁਛ ਨਹੀਂ, ਭੁੱਖਾ ਬਿਲਕੁਲ ਸਹੀ ਕੀ ਕਰ ਰਿਹਾ। ਤਾਂ ਮੈਂ ਯਕੀਨ ਕੀਤਾ ਕਿ ਵਾਕਿਆ ਪੱਕੇ ਚੱਲਦੇ ਆ, ਜਾਂਦੀ ਆ। ਸਭ ਤਾਰੀਫ ਕਰੋ ਦਿਲ ਤੋਂ, ਪ੍ਰਭੂ ਹਰ ਕੰਮ ਕਰਦਾ। ਮੈਂ ਰਾਤ 8 ਵਜੇ ਬਹਿੰਦੀ ਪ੍ਰਾਰਥਨਾ, 10 ਵਜੇ ਤੱਕ ਮੈਂ ਪ੍ਰਾਰਥਨਾ ਕਰਨੀ, ਸਵੇਰੇ ਵੀ 4 ਘੰਟੇ, 2 ਘੰਟੇ ਰਾਤ ਨੂੰ 10 ਵਜੇ ਤੱਕ। ਮੇਰੇ ਦੋ ਜਾਣਾ ਮੇਰੀ